ਭੁੱਖ ਸਾਡੀ ਸਿਹਤ ਦਾ ਸਭ ਤੋਂ ਜ਼ਰੂਰੀ ਲੱਛਣ ਹੁੰਦਾ। ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਤੁਸੀਂ ਬਿਮਾਰ ਹੋ, ਚਾਹੇ ਤੁਹਾਨੂੰ ਪਤਾ ਚਾਹੇ ਫਿਲਹਾਲ ਤੁਹਾਨੂੰ ਨਹੀਂ ਪਤਾ। ਜੇ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਤੁਸੀਂ ਤੰਦਰੁਸਤ ਹੋ। ਬਹੁਤ ਘੱਟ ਮਾਮਲਿਆਂ ਵਿੱਚ ਭੁੱਖ ਦਾ ਜ਼ਿਆਦਾ ਲੱਗਣਾ ਕਿਸੇ ਮੁਸ਼ਕਲ ਦਾ ਸੰਕੇਤ ਹੁੰਦਾ, ਕਿਸੇ ਬਿਮਾਰੀ ਦਾ ਸੰਕੇਤ ਹੁੰਦਾ। ਤਾਂ ਮੈਂ ਅੱਜ ਇਸੇ ਵਿਸ਼ੇ 'ਤੇ ਗੱਲ ਕਰਦਾ। ਜੇ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਤੁਹਾਨੂੰ ਖੁਰਾਕ ਲੱਗਦੀ ਵੀ ਨਹੀਂ, ਪੇਟ ਵਿੱਚ ਥੋੜ੍ਹਾ ਅਫਰੇਵਾਂ ਰਹਿੰਦਾ ਜਾਂ ਥੋੜ੍ਹਾ ਥੋੜ੍ਹਾ ਮੱਠਾ ਮੱਠਾ ਦਰਦ ਵੀ ਰਹਿੰਦਾ ਪੇਟ 'ਚ, ਤਾਂ ਤੁਹਾਨੂੰ ਸਰੀਰ ਨੂੰ ਡੀਵਰਮ ਕਰਨ ਦੀ ਜ਼ਰੂਰਤ ਹੈ। ਆਸਾਨ ਪੰਜਾਬੀ ਸ਼ਬਦਾਂ ਵਿੱਚ ਤੁਹਾਡੇ ਪੇਟ ਵਿੱਚ ਕੀੜੇ ਹੈ, ਜਿਵੇਂ ਕਿ ਪਸ਼ੂਆਂ ਵਿੱਚ ਜਾਨਵਰਾਂ ਵਿੱਚ ਮਲੱਪ ਹੁੰਦੇ ਆ। ਤਾਂ ਪੇਟ ਵਿੱਚ ਜੋ ਕੀੜੇ ਆ ਇਹਨਾਂ ਦੇ ਬਹੁਤ ਸਾਰੇ ਲੱਛਣ ਹੁੰਦੇ ਆ, ਉਹਨਾਂ ਵਿੱਚੋਂ ਇੱਕ ਲੱਛਣ ਹੈ ਭੁੱਖ ਦਾ ਜ਼ਰੂਰਤ ਤੋਂ ਜ਼ਿਆਦਾ ਲੱਗਣਾ। ਜ਼ਿਆਦਾ ਖਾਣ 'ਤੇ ਵੀ ਖੁਰਾਕ ਦਾ ਸਰੀਰ ਨੂੰ ਨਾ ਲੱਗਣਾ, ਇਹ ਇੱਕ ਆਮ ਲੱਛਣ ਹੈ। ਕੁਝ ਹੋਰ ਲੱਛਣ ਹੁੰਦੇ ਆ ਜਿਵੇਂ ਕਿ ਪੇਟ ਦਾ ਥੋੜ੍ਹਾ ਆਫਰਿਆ ਰਹਿਣਾ, ਪੇਟ ਦਾ ਬੇਆਰਾਮ ਰਹਿਣਾ, ਸਰੀਰ ਉੱਪਰ ਖਾਰਸ਼ ਹੋਣਾ, ਧੱਫੜ ਹੋਣਾ, ਅੱਖਾਂ ਵਿੱਚ ਗਿੱਡਦਾ ਆਉਣਾ, ਅਤੇ ਬਹੁਤ ਜ਼ਿਆਦਾ ਸਮੱਸਿਆ ਹੋਣ 'ਤੇ ਤੁਹਾਡੇ ਹੱਥ ਵੀ ਕੰਬਣ ਲੱਗ ਸਕਦੇ ਆ। ਇਸ ਲਈ ਜੇ ਤੁਹਾਨੂੰ ਇਹ ਸਿੰਪਟਮ ਹੈ ਜਾਂ ਇਹਨਾਂ ਸਾਰੇ ਸਿੰਪਟਮ ਲੱਛਣਾਂ ਵਿੱਚੋਂ ਕੁਝ ਲੱਛਣ ਹੈ ਅਤੇ ਭੁੱਖ ਵੀ ਜ਼ਿਆਦਾ ਲੱਗ ਰਹੀ ਹੈ, ਤਾਂ ਤੁਹਾਨੂੰ ਪੇਟ ਵਿੱਚ ਕੀੜੇ ਹੋਣ ਦੀ ਸਮੱਸਿਆ। ਇਸ ਲਈ ਡਾਕਟਰ ਤੋਂ ਜੈਂਟਲ ਨਾਂ ਦੀਆਂ ਗੋਲੀਆਂ ਲਓ ਅਤੇ ਡਾਕਟਰ ਦੇ ਦੱਸੇ ਅਨੁਸਾਰ ਖਾਓ। ਇਹਨਾਂ ਗੋਲੀਆਂ ਨੂੰ ਖਾਣ ਸਮੇਂ ਇੱਕ ਚੀਜ਼ ਆ ਜੋ ਤੁਸੀਂ ਧਿਆਨ ਰੱਖਣੀ ਹੈ ਕਿ ਇਹਨਾਂ ਗੋਲੀਆਂ ਨੂੰ ਚਬਾ ਕੇ ਹੀ ਖਾਣਾ, ਸਾਬਤ ਨਹੀਂ ਨਿਕਲਣੀਆਂ। ਚਬਾ ਕੇ ਖਾਣਾ ਜ਼ਰੂਰੀ ਹੋਣ ਕਾਰਨ ਹੀ ਇਹ ਗੋਲੀਆਂ ਕੌੜੀਆਂ ਨਹੀਂ ਹੁੰਦੀਆਂ, ਇਹ ਗੋਲੀਆਂ ਸਵਾਦਿਸ਼ਟ ਹੁੰਦੀਆਂ। 6 ਮਹੀਨੇ ਬਾਅਦ, ਹਰ 6 ਮਹੀਨੇ ਬਾਅਦ ਇਹਨਾਂ ਗੋਲੀਆਂ ਨੂੰ ਖਾਂਦੇ ਰਹੋ। ਪਰ ਕੁਝ ਲੋਕਾਂ ਵਿੱਚ ਮੈਂ ਦੇਖਿਆ ਕਿ 6 ਮਹੀਨੇ ਤੋਂ ਪਹਿਲਾਂ ਹੀ ਇਹਨਾਂ ਗੋਲੀਆਂ ਦੀ ਜ਼ਰੂਰਤ ਪੈ ਜਾਂਦੀ ਹੈ। ਇਸ ਵਿਸ਼ੇ 'ਤੇ ਆਪਣੇ ਡਾਕਟਰ ਨਾਲ ਹੀ ਸਲਾਹ ਕਰੋ, ਉਸ ਤੋਂ ਬਾਅਦ ਹੀ ਇਹ ਗੋਲੀਆਂ ਲਓ ਕਿ ਕਿੰਨੀਆਂ ਗੋਲੀਆਂ ਦੀ ਤੁਹਾਨੂੰ ਜ਼ਰੂਰਤ ਹੈ। ਪਰ ਤੁਹਾਨੂੰ ਇਹ ਗੋਲੀਆਂ ਖਾਣੀਆਂ ਹੀ ਪੈਣੀਆਂ।